ਅਸੀਂ ਲਾਈਫ 'ਚ ਬਹੁਤ ਸਾਰੇ ਕੁਲਚੇ ਖਾਧੇ ਹੋਣੇ ਜਿਹਦਾ ਸਾਈਜ਼ ਮਤਲਬ ਕਿ ਇੰਨਾ ਇੰਨਾ ਹੁੰਦਾ ਹੋਏਗਾ, ਬਟ ਤੁਹਾਨੂੰ ਅੱਜ ਮੈਂ ਖਵਾਉਣ ਲਈ ਆਈ ਹਾਂ ਜਾਂ ਮੈਂ ਖਾਣ ਆਈ ਹਾਂ ਸਪੈਸ਼ਲ ਜੰਬੋ ਕੁਲਚਾ ਜਾਂ ਫਾਰਮ ਕੁਲਚਾ ਵੀ ਕਹਿ ਸਕਦੇ ਹੋ, ਅਤੇ ਤੁਸੀਂ ਕੁਲਚੇ ਦਾ ਸਾਈਜ਼ ਦੇਖ ਰਹੇ ਹੋ, ਪਲੇਟ ਤੋਂ ਵੀ ਡਬਲ ਹੈ, ਅਤੇ ਇਹ ਇੱਕ ਮੈਂ ਇਕੱਲੀ ਤਾਂ ਨਹੀਂ ਖਾ ਪਾਊਂਗੀ, ਮੇਰੇ ਨਾਲ ਖਾਣ ਲਈ ਦੋ ਜਣੇ ਹੋਰ ਚਾਹੀਦੇ, ਫਿਰ ਸ਼ਾਇਦ ਜਾ ਕੇ ਉਹਨਾਂ ਦਾ ਵੀ ਢਿੱਡ ਭਰੇ। ਆਈ ਐਮ ਸ਼ੋਰ ਕਿ ਤੁਸੀਂ ਐਡਾ ਵੱਡਾ ਕੁਲਚਾ ਵੀ ਕਦੇ ਨਹੀਂ ਖਾਧਾ ਹੋਣਾ, ਅਤੇ ਇੱਥੇ ਤੁਸੀਂ ਆ ਕੇ ਟਰਾਈ ਕਰ ਸਕਦੇ ਹੋ ਜੇਕਰ ਤੁਸੀਂ ਖਾਣ ਦੇ ਸ਼ੌਕੀਨ ਹੈਗੇ ਹੋ। ਅਕਸਰ ਹੀ ਪੰਜਾਬੀ ਖਾਣ ਦੇ ਸ਼ੌਕੀਨ ਹੁੰਦੇ ਨੇ, ਅਤੇ ਤੁਸੀਂ ਇਹ ਜੰਬੋ ਕੁਲਚਾ ਟਰਾਈ ਕਰਕੇ ਦੇਖੋ ਕਿ ਕਿਵੇਂ ਦਾ ਲੱਗਦਾ ਹੈ ਤੁਹਾਨੂੰ। ਅਤੇ ਇੱਕ ਨਾਲ ਆਈ ਐਮ ਸ਼ੋਰ ਜੇਕਰ ਜ਼ਿਆਦਾ ਖਾਣ ਵਾਲੇ ਵੀ ਹੋ ਨਾ, ਫਿਰ ਤੁਹਾਡਾ ਇੱਕ ਨਾਲ ਢਿੱਡ ਪੂਰਾ ਭਰ ਜਾਏਗਾ। ਅਤੇ ਆ ਜੋ ਜਾਣਦੇ ਹਾਂ ਜੰਬੋ ਕੁਲਚੇ ਦਾ ਰਾਜ਼ ਕੀ ਹੈ ਅਤੇ ਇਹ ਕਿਉਂ ਇੰਨਾ ਵੱਡਾ ਬਣਾਉਂਦੇ ਨੇ। ਅਤੇ ਸਭ ਤੋਂ ਪਹਿਲਾਂ ਸਵਾਗਤ ਕਰਨਾ ਚਾਹੁੰਦੀ ਹਾਂ ਤੁਸੀਂ ਤੁਹਾਡਾ ਗੇਟ ਪੰਜਾਬ ਟੀਵੀ ਦੇ ਵਿੱਚ, ਅਤੇ ਇਹ ਜੰਬੋ ਕੁਲਚਾ ਕੀ ਹੈ ਅਤੇ ਇਹਦਾ ਰਾਜ਼ ਕੀ ਹੈ, ਤੁਸੀਂ ਦੱਸੋਗੇ ਕੁਛ? ਨਮਸਕਾਰ ਜੀ। ਰਾਜ਼ ਇਸ ਤਰ੍ਹਾਂ ਜੀ ਕਿ ਇਹ ਕੁਲਚੇ ਦੇ ਵਿੱਚ ਅਸੀਂ ਆਲੂ, ਪਿਆਜ਼, ਗੋਭੀ, ਅਦਰਕ ਸਾਰਾ ਮਿਕਸ ਕਰਕੇ ਵੱਡਾ ਕੁਲਚਾ ਲੈਂਦੇ ਹਾਂ ਜੀ। ਕਿੰਨੇ ਤਰ੍ਹਾਂ ਦੇ ਮਸਾਲੇ ਤੁਸੀਂ ਇਹਦੇ ਵਿੱਚ ਪਾਏ ਹੋਏ? 8-9 ਤਰ੍ਹਾਂ ਦੇ ਮਸਾਲੇ ਆ ਜੀ। ਕਿਹੜੇ ਕਿਹੜੇ ਤਰ੍ਹਾਂ ਦੇ? ਜਿਸ ਤਰ੍ਹਾਂ ਕਿ ਕਸੂਰੀ ਮੇਥੀ, ਕਾਲੀ ਮਿਰਚ, ਧਨੀਆ, ਜੀਰਾ, ਅੰਬਚੂਰਨ, ਸੁੰਡ, ਇਹ ਮਿਕਸ ਸਾਰਾ ਕੁਛ ਕਰਕੇ ਅਤੇ ਜੰਬੋ ਕੁਲਚਾ ਤਿਆਰ ਕੀਤਾ ਜਾਂਦਾ। ਅੰਕਲ ਜੰਬੋ ਕੁਲਚੇ ਦਾ ਆਈਡੀਆ ਕਿੱਥੋਂ ਆਇਆ? ਦੁਕਾਨ 'ਤੇ ਨਾ ਛੋਟੇ ਛੋਟੇ ਬੱਚੇ ਆਏ ਆਪਣੇ ਪਾਪਾ ਨਾਲ, ਅਤੇ ਕਹਿਣ ਲੱਗੇ ਪਾਪਾ ਮੈਂ ਕੁਲਚਾ ਨਹੀਂ ਖਾਣਾ, ਮੈਂ ਵੱਡਾ ਕੁਲਚਾ ਖਾਣਾ, ਰੋਣ ਲੱਗ ਪਏ। ਅਤੇ ਮੈਂ ਕਿਹਾ ਕੋਈ ਬੇਟਾ ਰੋਣ ਦੀ ਲੋੜ ਨਹੀਂ, ਮੈਂ ਵੱਡਾ ਕੁਲਚਾ ਤੁਹਾਨੂੰ ਹੁਣੇ ਖਵਾਉਂਦਾ ਜੀ। ਬਸ ਉਸ ਦਿਨ ਤੋਂ ਆਪਾਂ ਸਾਡਾ ਕੁਲਚਾ ਫੇਮਸ ਹੈ ਜੀ। ਓਕੇ, ਤਾਂ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਕੁਲਚਾ ਤਿਆਰ ਕਰਦੇ ਹੋਏ? 15 ਸਾਲ ਹੋ ਗਏ ਜੀ। ਅਤੇ ਜੰਬੋ ਕੁਲਚਾ ਕਦੋਂ ਤੋਂ ਤਿਆਰ ਕਰਦੇ ਹੋ? ਇਹ ਵੀ ਤਕਰੀਬਨ 10-12 ਸਾਲ ਹੋ ਗਏ, 10 ਸਾਲ। 10-12 ਸਾਲ ਹੋ ਗਏ। ਹਾਂਜੀ ਹਾਂਜੀ। ਵੈਸੇ ਮੈਂ ਬਹੁਤ ਸੁਣਿਆ ਹੋਇਆ ਵਾ ਤੁਹਾਡੇ ਜੰਬੋ ਕੁਲਚੇ ਦੇ ਬਾਰੇ 'ਚ। ਹਾਂਜੀ ਹਾਂਜੀ। ਅਤੇ ਮਤਲਬ ਹੋਰ ਬਾਕੀ ਸ਼ੌਪਸ 'ਤੇ ਵੀ ਮਿਲਦੇ ਆ ਕੁਲਚੇ? ਹਾਂਜੀ। ਇਸ ਤਰ੍ਹਾਂ ਦਾ ਕੁਲਚਾ ਜੰਬੋ ਕੁਲਚਾ ਨਹੀਂ ਮਿਲਦਾ ਕਿਤੇ? ਬਿਲਕੁਲ ਜੀ ਬਿਲਕੁਲ। ਹੋਰ ਇਹਦੇ ਵਿੱਚ ਕੀ ਸਪੈਸ਼ਲ ਚੀਜ਼ ਹੈਗੀ ਹੈ? ਸਪੈਸ਼ਲੀ ਇਹ ਕਿ ਜ਼ਿਆਦਾ ਟੇਸਟੀ ਲੱਗਦਾ ਜਿਹੜਾ ਜਿਹੜਾ ਘਿਓ ਪੈਂਦਾ ਨਾ, ਜਿਹੜੀ ਮੋਣ ਪੈਂਦੀ ਹੈ, ਸਾਰਾ ਉਹਦੇ 'ਚ ਕਲਾਕਾਰੀ ਹੁੰਦੀ ਹੈ। ਤੁਸੀਂ ਕੁਲਚਾ ਦੇਖ ਸਕਦੇ ਹੋ, ਜੰਬੋ ਅਤੇ ਫਾਰਮ ਕੁਲਚਾ ਜਿਹੜਾ ਹੈਗਾ ਉਹਦਾ ਸਾਈਜ਼, ਅਤੇ ਬਾਕੀ ਸਿੰਪਲ ਜਿਹੜਾ ਕੁਲਚਾ ਹੁੰਦਾ ਉਹਦਾ ਸਾਈਜ਼ ਤੁਹਾਨੂੰ ਆਪ ਹੀ ਦੇਖ ਕੇ ਡਿਫਰੈਂਸ ਪਤਾ ਲੱਗੇਗਾ, ਅਤੇ ਇਹਨੂੰ ਜੰਬੋ ਕੁਲਚਾ ਕਿਉਂ ਕਹਿੰਦੇ ਉਹ ਵੀ ਤੁਹਾਨੂੰ ਪਤਾ ਲੱਗੇਗਾ। ਅਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੁਲਚਾ ਸਾਡਾ ਮਤਲਬ ਕਿੱਡਾ ਵੱਡਾ ਕੁਲਚਾ ਹੈਗਾ ਵਾ ਸੱਚੀ। ਇਹ ਕੁਲਚਾ ਮੈਂ ਇਕੱਲੀ ਤਾਂ ਨਹੀਂ ਖਾ ਸਕਦੀ ਪੂਰਾ, ਇਹ ਦੋ ਜਣੇ ਮਿਲ ਕੇ ਖਾਣ ਫਿਰ ਇਹ ਢਿੱਡ ਭਰ ਕੇ ਖਾ ਸਕਦੇ ਹਾਂ। ਇਹਨੂੰ ਘਿਓ ਲਾਵਾਂਗੇ ਜੀ, ਹੁਣ ਘਿਓ ਲਾਵਾਂਗੇ। ਡਾਲਡਾ ਘਿਓ ਜੀ, ਡਾਲਡਾ ਘਿਓ ਜੀ, ਅਤੇ ਅਮੂਲ ਦਾ ਮੱਖਣ ਧੋਖੇ 'ਚ ਨਹੀਂ ਰੱਖਣਾ ਜੀ, ਇਹ ਅਮੂਲ ਦਾ ਮੱਖਣ ਹੈ, ਖੁੱਲ੍ਹਾ ਡੋਲਾ ਪਾ ਕੇ। ਹੈਲੋ, ਇਹਦਾ ਪ੍ਰਾਈਸ ਕੀ ਹੈ? ਸਿਰਫ 70 ਰੁਪਏ ਜੀ। ਬਸ 70? ਹਾਂਜੀ ਬਿਲਕੁਲ, 70 ਰੁਪਏ ਜੀ। ਸਿੰਪਲ ਕੁਲਚਾ ਹੁੰਦਾ ਲਾਈਕ 50 ਤੱਕ ਉਹ ਮਿਲ ਜਾਂਦਾ? ਹਾਂਜੀ ਬਿਲਕੁਲ ਜੀ, ਇਹ 70 ਰੁਪਏ, ਸਾਈਜ਼ ਡਬਲ ਹੈ ਉਹਦੇ। ਹਾਂਜੀ ਹਾਂਜੀ। ਹੈਲੋ, ਇਹ ਮਸਾਲਾ ਉੱਤੇ ਚਾਟ ਮਸਾਲਾ ਜੀ, ਆਪਣਾ ਬਣਾਇਆ ਹੋਇਆ ਹੈ, ਇਹਨੂੰ ਤੁਸੀਂ ਖਾ ਕੇ ਦੇਖੋ ਜੀ। ਇਹ ਮੈਂ ਹੁਣ ਤੁਹਾਨੂੰ ਪਲੇਟ ਲਗਾ ਕੇ ਰਿਹਾ। ਮੈਨੂੰ ਕਿੰਨਾ ਚਟਪਟਾ ਜਿਹਾ ਲੱਗ ਰਿਹਾ ਹੈ। ਕਿੰਨੇ ਤਰ੍ਹਾਂ ਅੰਕਲ ਤੁਸੀਂ ਕਿੰਨੇ ਤਰ੍ਹਾਂ ਦੇ ਮਸਾਲੇ ਪਾਏ ਸੀ ਇਹਦੇ 'ਚ? 9-10 ਤਰ੍ਹਾਂ ਦੇ ਮਸਾਲੇ, 9-10 ਤਰ੍ਹਾਂ ਦੇ ਮਸਾਲੇ ਇਹਦੇ ਵਿੱਚ ਪਾਏ ਸੀਗੇ, ਅਤੇ ਉੱਪਰੋਂ ਘਿਓ ਲਗਾਇਆ, ਅਤੇ ਉੱਪਰੋਂ ਅਮੂਲ ਦਾ ਮੱਖਣ ਲਗਾਇਆ ਹੈ, ਅਤੇ ਤੁਸੀਂ ਸਾਈਜ਼ ਵੀ ਦੇਖ ਸਕਦੇ ਹੋ ਜੰਬੂ ਕੁਲਚੇ ਦਾ। ਇਹ ਦੇਖੋ ਜੀ, ਹੁਣ ਲਗਾਉਣ ਲੱਗਾ ਜੀ ਪਲੇਟ, ਇਹ ਪਲੇਟ ਦੇਖੋ ਜੀ, ਪਲੇਟ ਦਾ ਕੁਲਚਾ ਸਾਈਜ਼ ਦੇਖੋ ਜੀ, ਪਲੇਟ ਤੋਂ ਵੀ ਵੱਡਾ ਹੈ ਤੁਹਾਡਾ ਕੁਲਚਾ। ਹਾਂਜੀ, ਜਿੱਦਾਂ ਇਹਦਾ ਸਾਈਜ਼ ਹੈ ਨਾ ਉੱਦਾਂ ਹੀ ਇਹਦਾ ਟੇਸਟ ਹੈ, ਇੱਕਦਮ ਲਾਜਵਾਬ ਹੈ ਟੇਸਟ, ਲਾਈਕ ਚਟਨੀ ਦਾ ਅਤੇ ਛੋਲਿਆਂ ਦਾ ਟੇਸਟ ਆ ਰਿਹਾ ਪੂਰਾ ਪੂਰਾ, ਬਿਲਕੁਲ ਟੇਸਟੀ। ਅਤੇ ਹੁਣ ਮੈਂ ਪੂਰਾ ਤਾਂ ਨਹੀਂ ਖਾ ਪਾਊਂਗੀ, ਮੈਂ ਅੱਧਾ ਹੀ ਖਾਊਂਗੀ। ਅੰਕਲ ਜੀ, ਇਸ ਜਗ੍ਹਾ ਦੀ ਲੋਕੇਸ਼ਨ ਕੀ ਹੈ, ਕਿਸੇ ਨੇ ਖਾਣ ਆਉਣਾ ਹੋਵੇ ਤਾਂ ਕਿੱਥੇ ਆਵੇ ਹੋ? ਵੈਲਕਮ, ਗਲੀ ਨੰਬਰ 3 ਸੁੰਦਰ ਨਗਰ, ਸ਼ਵਾਲਾ ਭਾਈਆਂ। ਮੇਰਾ ਫੋਨ ਨੰਬਰ 8146-79-5155, ਮੇਰਾ ਫੋਨ ਨੰਬਰ 8146-79-5155, ਗਲੀ ਨੰਬਰ 3 ਸੁੰਦਰ ਨਗਰ, ਸ਼ਵਾਲਾ ਭਾਈਆਂ। ਅੰਕਲ ਜੀ, ਇੱਥੇ ਦੀ ਟਾਈਮਿੰਗ ਕੀ ਹੈਗੀ ਹੈ?
9 ਤੋਂ 4 ਜੀ ਸਵੇਰੇ 9 ਵਜੇ ਤਿਆਰ ਸ਼ਾਮੀ 4 ਵਜੇ ਸਵੇਰ 9 ਵਜੇ ਤੋਂ ਲੈ ਕੇ 4 ਵਜੇ 4 ਵਜੇ ਤੱਕ ਬਿਲਕੁਲ ਜੀ ਤੁਸੀਂ ਟਾਈਮਿੰਗ ਵੀ ਦੇਖੀ ਤਾਂ ਲੋਕੇਸ਼ਨ ਵੀ ਦੇਖੀ ਜੇਕਰ ਤੁਸੀਂ ਖਾਣ ਪੀਣ ਦੇ ਸ਼ੌਕੀਨ ਹੈਗੇ ਹੋ ਜੰਬੋ ਕੁਲਚੇ ਦੇ ਸ਼ੌਕੀਨ ਹੈਗੇ ਹੋ ਤੇ ਇੱਕ ਵਾਰੀ ਜ਼ਰੂਰ ਇੱਥੇ ਆ ਕੇ ਖਾ ਕੇ ਤੁਸੀਂ ਟਰਾਈ ਕਰਨਾ ਮੈਂ ਤਾਂ ਹੁਣ ਖਾ ਲੂੰਗੀ ਬਟ ਪੂਰਾ ਨਹੀਂ ਖਾ ਪਾਉਂਗੀ ਮੱਤੀ ਕੋਈ ਗੱਲ ਨਹੀਂ ਕਰੇ ਪੈਕ ਕਰਾ ਕੇ ਲੈ ਜਾਾਂਗੇ ਠੀਕ ਹੈ ਤਾਂ ਜ਼ਰੂਰ ਤੁਸੀਂ ਇੱਕ ਵਾਰੀ ਆਓ ਇੱਥੇ ਖਾ ਕੇ ਜਾਓ ਤੇ ਤੁਸੀਂ ਦੱਸਿਓ ਕਿ ਇੱਥੇ ਦਾ ਤੁਹਾਨੂੰ ਜੰਬੋ ਕੁਲਚਾ ਕਿਵੇਂ ਦਾ ਲੱਗਾ ਜਾਂ ਫਾਰਮ ਕੁਲਚਾ ਵੀ ਕਹਿ ਸਕਦੇ ਇਹਨੂੰ ਕਿਵੇਂ ਦਾ ਲੱਗਾ ਤੇ ਇਸ ਦੇ ਨਾਲ ਮੈਂ ਮਧੁਮਿਸ਼ਰਾ ਕੈਮਰਾਮੈਨ ਅਰਸ਼ਦੀਪ ਦੇ ਨਾਲ ਗੇਟ ਪੰਜਾਬ ਟੀਵੀ ਅੰਮ੍ਰਿਤਸਰ